ਏਸੀ ਹਰਜਿੰਦਰ ਸਿੰਘ ਜੀ ਥਾਣਾ ਸਮਰਾਲਾ ਜੀ। ਥੋੜ੍ਹੇ ਦਿਨ ਪਹਿਲਾਂ ਇੱਕ ਮੋਟਰਸਾਈਕਲ ਚੋਰੀ ਹੋਇਆ, ਕੀ ਘਟਨਾ? ਇਹ ਸਰ ਡਾਕਟਰ ਕਰਨ ਹੋਸਪਿਟਲ ਹੈ ਜੀ, ਮੱਛੋ ਰੋਡ 'ਤੇ 14/8/24 ਨੂੰ ਚੋਰੀ ਹੋਇਆ ਸੀਗਾ ਜੀ। ਡਾਕਟਰ ਸਾਹਿਬ ਤੋਂ ਉੱਥੇ ਭਾਲ ਕਰਦੇ ਰਹੇ, 27 ਡਾਕਟਰ ਸਾਹਿਬ ਨੂੰ ਪਤਾ ਲੱਗ ਗਿਆ ਵੀ ਆਹ ਬੰਦੇ ਲੈ ਕੇ ਨੇ ਅਮਨਤ ਸਿੰਘ ਅਮਨਾ ਬਾਕੀ ਕਰਾਲਾ ਜਗਵਿੰਦਰ ਸਿੰਘ ਜੱਗਾ ਵਾਸੀ ਸਮਰਾਲਾ ਵੀ 22 ਨਵੇਂ ਐਫ ਆਈ ਦਰਜ ਕੀਤੀ ਇਹਦੇ ਲਈ। ਸੱਤ ਜਿਹੜੇ ਮੁਕਰ ਵਾਸ ਦਰਾ ਦਿੱਤੀ ਹੈ ਬਲੋਰਪੁਰ ਰੋਡ ਤੋਂ ਸਮਰਾਲਾ ਸਾਹਿਬ ਨੂੰ ਆ ਰਹੇ, ਅਸੀਂ ਵੀ ਉੱਥੇ ਨਾਕਾਬੰਦੀ ਕਰ ਲਈ ਆ ਸ਼ਾਮ 6 ਵਜੇ। ਪੌਣੇ 7 ਵਜੇ ਸਾਡੇ ਕੋਲ ਆ ਗਏ, ਇਹ ਅੱਗੇ ਰੋਕੇ ਆ, ਇਹਨਾਂ ਪੁੱਛਿਆ ਵੀ ਕਿੱਧਰੋਂ ਆਏ ਹੋ, ਇਹ ਕਹਿੰਦੇ ਬਲੋਰਪੁਰ ਤੋਂ ਆਇਆ ਵੀ ਸਮਰਾਲਾ ਸਾਹਿਬ ਇੱਥੇ ਰਹਿਣ ਆਇਆ, ਇਸ ਕਰਕੇ ਮੋਟਰਸਾਈਕਲ ਜਾਂ ਕਹਿੰਦੇ ਮੋਟਰ ਚੋਰੀ ਕੀਤਾ ਜੀ ਅਸੀਂ। ਡਾਕਟਰ ਕੌਣ ਹੋਸਪਿਟਲ 14 ਤਰੀਕ ਰਾਤ ਨੂੰ 11 ਵਜੇ ਨੰਬਰ ਪਲੇਟ ਯਾਰ ਲਾਈ ਸੀ, ਪੂਰੇ ਨੰਬਰ ਪਲੇਟ ਹੈ ਜੀ। ਉੱਥੇ ਭੰਨ ਤੋੜ ਵੀ ਕੀਤੀ ਇਹਨਾਂ ਨੇ, ਕਾਗਜ਼ ਵੀ ਨਹਿ ਸੁੱਟਤੇ ਇਹਨਾਂ ਨੇ। ਪਹਿਲਾਂ ਵੀ ਚੋਰੀ ਕੀਤੀ? ਪਹਿਲਾਂ ਚੋਰੀ ਹੈ ਜੀ, ਪਹਿਲਾਂ ਹੈ ਨਹੀਂ। ਚੋਰੀ ਕੀਤੀ? ਉਹੀ ਨਸ਼ੇ ਆਦੀ ਨੇ ਜੀ। ਪਤਾ ਨਹੀਂ ਕੋਈ ਨਸ਼ਾ ਸਾਡੇ ਕੋਲ ਕੀਤਾ ਨਹੀਂ, ਕੋਈ ਨਸ਼ਾ ਦੀ ਰਾਤ ਨਸ਼ਾ ਸਾਡੇ ਕੋਲ ਕੀਤਾ। ਕਿੰਨੀ ਕੁ ਉਮਰ ਦੇ? ਇੱਕ 34 ਸਾਲ ਦਾ, ਇੱਕ 32 ਸਾਲ ਦਾ।